ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਮੂੰਗੀ ਦੀ ਦਾਲ ਬਣਾਵਾਂਗੇ ਹੋਰ ਤਰੀਕੇ ਨਾਲ। ਆਹ 100 ਗ੍ਰਾਮ ਦਾਲ ਹੈਗੀ ਅਤੇ ਆਪਾਂ ਇਹਨੂੰ ਪਹਿਲਾਂ ਮੂੰਗੀ ਦੀ ਅਤੇ ਮਸਰਾਂ ਦੀ ਅਤੇ ਛੋਲਿਆਂ ਦੀ ਦਾਲ ਹੈ, ਇਹ ਤਿੰਨੇ ਦਾਲਾਂ। ਅਤੇ ਆਪਾਂ ਇਹਨੂੰ ਪਹਿਲਾਂ ਆਪਣੀ ਅੱਗ ਬਲਤੀ ਅਤੇ ਕੜਾਹੀ ਧਰਾਂਗੇ। ਪਾਣੀ ਪਾਵਾਂਗੇ, ਜਦੋਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਦਾਲ ਪਾ ਦਿਆਂਗੇ ਵਿੱਚ, ਮੂੰਗੀ ਦੀ, ਛੋਲਿਆਂ ਦੀ, ਮਸਰਾਂ ਦੀ। ਜਦੋਂ ਆਪਣਾ ਪਾਣੀ ਉੱਬਣ ਲੱਗ ਗਿਆ ਤਾਂ ਆਪਾਂ ਦਾਲ ਪਾਵਾਂਗੇ। ਦਾਲ ਉਬਲਦੀ ਉਬਲਦੀ ਅਤੇ ਆਪਾਂ ਗੰਢਾ, ਲਸਣ ਅਤੇ ਟਮਾਟਰ, ਹਰੀ ਮਿਰਚੇ ਚੀਰ ਲਾਂਗੇ ਆਪਾਂ। ਥੋੜ੍ਹਾ ਜਿਹਾ ਲੂਣ ਪਾਵਾਂਗੇ ਆਪਾਂ ਉਬਲਦੇ 'ਚ, ਥੋੜ੍ਹਾ ਜਿਹਾ। ਇੰਨੀ ਕੁ ਬਿਰਲ ਨਾਲ ਢੱਕਣ ਦੇਵਾਂਗੇ ਕਿਤੇ ਬਾਹਰ ਨਾ ਉਬਲੇ। ਆਪਣੀ ਉਬਲ ਗਈ, ਕੋਈ ਕੌਲੀ ਹੋ ਗਈ, ਹੁਣ ਆਪਾਂ ਲਾਵਾਂਗੇ। ਇਹਨੂੰ ਆਪਾਂ ਇਹ 'ਚ ਭਾਂਡੇ 'ਚ ਕੱਢ ਲਾਂਗੇ। ਆਪਾਂ ਗੰਢਾ ਟਮਾਟਰ ਵੀ ਚੀਰ ਲਿਆ ਅਤੇ ਹੁਣ ਆਪਾਂ ਤੜਕਾ ਲਾਵਾਂਗੇ। ਆਪਾਂ ਇਸੇ ਕੜਾਹੀ 'ਚ ਹੁਣ ਕੜਾਹੀ ਸਾਫ਼ ਕਰ ਲਈ ਅਤੇ ਆਪਾਂ ਇਹ 'ਚ ਤੜਕਾ ਲਾਵਾਂਗੇ। ਹੁਣ ਆਪਾਂ ਤੇਲ ਪਾਵਾਂਗੇ, ਭਰੀ ਕੜਛੀ ਤੋਂ ਥੋੜ੍ਹੀ ਜਿਹੀ ਘੱਟ ਹੈ। ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਜੀਰਾ ਪਾਵਾਂਗੇ। ਆਪਣਾ ਤੇਲ ਗਰਮ ਹੋ ਗਿਆ, ਹੁਣ ਆਪਾਂ ਜੀਰਾ ਪਾਵਾਂਗੇ। ਹੁਣ ਜੀਰਾ ਭੁੱਜ ਗਿਆ, ਹੁਣ ਆਪਾਂ ਲਸਣ ਅਤੇ ਹਰੀ ਮਿਰਚ ਪਹਿਲਾਂ ਪਾਵਾਂਗੇ। ਲਸਣ ਹਰੀ ਮਿਰਚ ਵੀ ਭੁੱਜ ਗਈ, ਹੁਣ ਆਪਾਂ ਗੰਢਾ ਪਾਵਾਂਗੇ। ਹੁਣ ਮਸਾਲਾ ਆਪਣਾ ਅੱਗੋਂ ਭੁੱਜ ਗਿਆ ਅਤੇ ਆਪਾਂ ਲੂਣ ਪਾਵਾਂਗੇ।
ਪਹਿਲਾਂ ਅੱਬਲ ਦੀ 'ਚ ਵੀ ਪਾਇਆ ਹੈਗਾ, ਥੋੜ੍ਹਾ ਹੀ ਪਾਵਾਂਗੇ। ਹਲਦੀ, ਮਿਰਚਾਂ, ਹਰੀ ਮਿਰਚ ਵੀ ਪਾਈ ਹੈ, ਥੋੜ੍ਹਾ ਜਿਹਾ ਗਰਮ ਮਸਾਲਾ, ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਭੁੱਜ ਗਿਆ, ਤੇਲ ਸੜਤਾ, ਹੁਣ ਇਹਨੂੰ ਆਪਾਂ ਲਾਵਾਂਗੇ ਤੇ ਫਿਰ ਕੁੱਜਾ ਧਰਾਂਗੇ। ਕੁੱਜੇ ਨੂੰ ਲਿਓ ਲਾਇਆ ਹੋਇਆ ਥੱਲੇ ਧੋ ਕੇ, ਥੱਲੇ ਲਾਉਂਦੇ ਥੱਲੇ ਲਾਉਂਦੇ ਮਿੱਟੀ ਆ ਜਾਂਦੀ ਮਾੜੀ ਮੋਟੀ ਉੱਤੇ, ਧੋ ਕੇ ਧਰਿਆ ਉਹ ਤੋਂ। ਦੋ ਗਲਾਸ ਪਾਣੀ ਦੇ ਪਾਵਾਂਗੇ, ਜਦੋਂ ਪਾਣੀ ਉੱਬਣ ਲੱਗ ਗਿਆ ਫਿਰ ਆਪਾਂ ਦਾਲ ਪਾਵਾਂਗੇ। ਉਹ ਆਪਣਾ ਪਾਣੀ ਗਰਮ ਹੋ ਗਿਆ ਵਾਹਵਾ, ਅਤੇ ਹੁਣ ਆਪਾਂ ਦਾਲ ਪਾਵਾਂਗੇ, ਪਾਣੀ ਉੱਬਣ ਨਾਲ ਹੀ ਹੈਗਾ। ਹੁਣ ਆਪਾਂ ਭੁੰਨਿਆ ਹੋਇਆ ਮਸਾਲਾ ਵਿੱਚ ਪਾਵਾਂਗੇ, ਵਿੱਚ ਆਪਾਂ ਟਮਾਟਰ ਪਾਵਾਂਗੇ, ਢਕਾਂਗੇ ਮਾੜਾ ਜਿਹਾ, ਫਿਰ ਬਾਹਲਾ ਨਹੀਂ ਢੱਕ ਦੇ ਕੇ ਉਬਲ ਨਾ ਜਾਵੇ ਬਾਹਰ, ਛੇਤੀ ਲਾ ਦਿਆਂਗੇ, ਜਾਂ ਰਿੱਝਣ ਲੱਗ ਗਈ ਲਾ ਦਿਆਂਗੇ। ਦਾਲ ਆਪਣੀ ਰਿੱਝੀ ਜਾਂਦੀ ਹੈ, 15 ਕੁ ਮਿੰਟ ਆਪਾਂ ਰਿੰਨਾਂਗੇ ਹੋਰ ਇਹਨੂੰ, ਫਿਰ ਜੇ ਬਣ ਗਈ ਫਿਰ ਲਾ ਲਾਂਗੇ। 5 ਕੁ ਮਿੰਟ ਹੋਏ ਧਰੀ ਨੂੰ ਹੋਏ ਤਾਂ, ਅਤੇ 15 ਮਿੰਟ ਹੋਰ ਰਿੰਨਾਂਗੇ ਆਪਾਂ। ਦਾਲ ਆਪਣੀ ਬਣ ਗਈ ਹੈ, 15-20 ਮਿੰਟ ਹੋ ਗਏ ਰਿੱਝੀ ਜਾਂਦੀ ਨੂੰ, ਅਤੇ ਆਪਾਂ ਹੁਣ ਲਾਵਾਂਗੇ। ਦੇਖੋ ਕੁੱਜੇ 'ਚ ਦਾਲ ਵਧੀਆ ਬਣਦੀ ਹੈਗੀ, ਅਜੇ ਥੱਲੇ ਲਾਇਆ ਵੀ ਰਿੱਝੀ ਜਾਂਦੀ, ਐਡਾ ਕੁੱਜਾ ਗਰਮ ਹੁੰਦਾ ਇਹ, ਮੋਟਾ ਹੁੰਦਾ ਹੈ।
ਵਧੀਆ ਦਾਲ ਬਣੀ ਹੈ, ਮਸਰਾਂ ਦੀ, ਮੂੰਗੀ ਦੀ, ਛੋਲਿਆਂ ਦੀ। ਇਹ ਵਧੀਆ ਦਾਲ ਬਣੀ ਹੈ ਦੇਖੋ, ਬਹੁਤ ਵਧੀਆ, ਕਰਾਰੀ ਵੀ ਬਹੁਤ ਵਧੀਆ ਬਣਦੀ ਹੈ ਇਸ ਤਰ੍ਹਾਂ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।